ਪਿਆਰੇ ਬੱਚਿਓ ਠੀਕ ਠਾਕ ਹੋ ਤੁਸੀਂ ਅੱਜ ਬੁੱਤਾ ਸੀ ਮੇਰੀ ਦੁਨੀਆ ਵਾਤਾਵਰਣ ਸਿੱਖਿਆ ਪੰਜਵੀਂ ਸ਼੍ਰੇਣੀ ਲਈ ਇਹਦਾ ਅੱਜ ਅਸੀਂ ਪਾਠ ਨੰਬਰ 12 ਭੋਜਨ ਖਾਈਏ ਤੇ ਪਚਾਈਏ ਇਹਦਾ ਪੁਸਤਕ ਅਭਿਆਸ ਜਿਹੜਾ ਅੱਜ ਅਸੀਂ ਕਰਾਂਗੇ ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਹੈ ਪੇਜ ਨੰਬਰ 78 ਤੇ ਖਾਲੀ ਥਾਂမှာ ਪਰ ਖਾਲੀ ਥਾਂမှာ ਪਰ ਪਹਿਲੀ ਹੈ ਡੈਸ਼ ਸਰੀਰ ਬਣਾਉਣ ਦਾ ਪੋਸ਼ਕ ਤੱਤ ਹੈ ਪ੍ਰੋਟੀਨ ਦੰਦਾ ਹੱਡੀਆਂ ਤੇ ਖੂਨ ਬਣਾਉਣ ਵਿੱਚ ਡੈਸ਼ ਮਦਦ ਕਰਦੇ ਹਨ ਖਣਿਜ ਪਦਾਰਥ ਚਰਬੀ ਸਾਡੇ ਸਰੀਰ ਨੂੰ ਡੈਸ਼ ਦਿੰਦੀ ਹੈ ਊਰਜਾ ਡੈਸ਼ ਸਾਡੇ ਸਰੀਰ ਦਾ ਤਾਪਮਾਨ ਸਥਿਰ ਰੱਖਦਾ ਹੈ ਪਾਣੀ ਇਸ ਲਈ ਸਾਨੂੰ ਜਿਹੜਾ ਪਾਣੀ ਉਹ ਸਹੀ ਮਾਤਰਾ ਦੇ ਵਿੱਚ ਪੀਣਾ ਚਾਹੀਦਾ ਹੈ ਡੈਸ਼ ਸਾਨੂੰ ਸੂਰਜ ਦੀ ਰੋਸ਼ਨੀ ਚੋਂ ਮਿਲਦਾ ਹੈ ਵਿਟਾਮਿਨ ਡੀ ਸਾਰਾ ਦਿਨ ਅੰਦਰ ਨਹੀਂ ਬੈਠਦਾ ਰਹਿਣਾ ਜਿਵੇਂ ਹੁਣ ਛੁੱਟੀਆਂ ਵੀ ਹੋ ਗਈਆਂ ਨੇ ਪੁੱਤੋ ਧੁੱਪੇ ਬੈਠਿਆ ਕਰੋ ਥੋੜਾ ਜਿਹਾ ਦੋ ਦਿਨਾਂ ਤੁਹਾਨੂੰ ਵਿਟਾਮਿਨ ਡੀ ਮਿਲੂਗਾ ਅੱਗੇ ਆਗੇ ਠੀਕ ਗਲਤ ਚਾਵਲ ਕਣਕ ਤੇ ਆਲੂ ਵਿੱਚ ਵਿਟਾਮਿਨ ਹੁੰਦੇ ਹਨ ਗਲਤ ਮੋਟਾਹਾਰ ਸਰੀਰ ਵਿੱਚੋਂ ਬਾਧੂ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਸਹੀ ਖੰਡ ਅਤੇ ਸਟਾਰਚ ਮੁੱਖ ਕਾਰਬੋਹਾਈਡਰੇਟ ਹਨ ਸਹੀ ਵਿਟਾਮਿਨ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ ਸਹੀ ਤਾਂ ਹੀ ਤਾਂ ਸਿੱਖਿਆ ਨੇ ਜਿਹੜੇ ਫਲ ਅਤੇ ਸਬਜ਼ੀਆਂ ਜ਼ਿਆਦਾ ਖਾਣੀਆਂ ਚਾਹੀਦੀਆਂ ਬੱਚਿਆਂ ਨੂੰ ਦੁੱਧ ਇੱਕ ਸੰਪੂਰਣ ਖੁਰਾਕ ਹੈ ਸਹੀ ਉਸ ਤੋਂ ਅੱਗੇ ਹੈ ਪੇਜ ਨੰਬਰ 81 ਤੇ ਦੇਖੋ ਸਹੀ ਉੱਤਰ ਤੇ ਸਹੀ ਦਾ ਨਿਸ਼ਾਨ ਲਗਾਓ ਸਵਾਦ ਦਾ ਪਤਾ ਕਿਸ ਅੰਗ ਰਾਹੀਂ ਲੱਗਦਾ ਹੈ ਜੀਬ ਨੱਕ ਦੰਦ ਮੂੰਹ ਜੀਬ ਜੀਬ ਨੂੰ ਟਿਕ ਕਰੋ ਮੂੰ ਵਿਚਲਾ ਕਿਹੜਾ ਪਦਾਰਥ ਭੋਜਨ ਨੂੰ ਮਿੱਠਾ ਕਰ ਦਿੰਦਾ ਹੈ ਜੀਭ ਲਾਰ ਭੋਜਨ ਲਈ ਕਿ ਦੰਦ ਲਾਰ ਭੋਜਨ ਦਾ ਪਾਚਨ ਕਿਹੜੇ ਅੰਗ ਤੋਂ ਸ਼ੁਰੂ ਹੋ ਜਾਂਦਾ ਹੈ ਮੇਦਾ ਛੋਟੀ ਅੰਦਰ ਵੱਡੀ ਅੰਦਰ ਮੂੰਹ ਮੇਦਾ ਸੰਤੁਲਿਤ ਭੋਜਨ ਵਿੱਚ ਕਿਹੜੇ-ਕਿਹੜੇ ਅੰਸ਼ ਹੁੰਦੇ ਹਨ ਪ੍ਰੋਟੀਨ ਕਾਰਬੋਹਾਈਡਰੇਟਸ ਖਣੇਜ ਪਦਾਰਥ ਸਾਰੇ ਇਹ ਸਾਰੇ ਹੁੰਦੇ ਨੇ ਗੁੱਤ ਪ੍ਰੋਟੀਨ ਵੀ ਹੁੰਦਾ ਖਣਿਜ ਪਦਾਰਥ ਵੀ ਹੁੰਦੇ ਨੇ ਕਾਰਬੋਹਾਈਡਰੇਟਸ ਵੀ ਹੁੰਦੇ ਨੇ ਖਿਡਾਰੀ 체ਤੀ ਊਰਜਾ ਪ੍ਰਾਪਤ ਕਰਨ ਲਈ ਕੀ ਖਾਂਦੇ ਹਨ ਕਿਉ ਮੱਖਣ ਗਲੂਕੋਜ਼ ਕੇ ਮੀਠ ਗਲੂਕੋਜ਼ ਠੀਕ ਹੈ ਜੀ ਉਸ ਤੋਂ ਅੱਗੇ ਲਈ ਪੇਸ ਤੇ ਸਾਡੇ ਕੋਲ ਹੈ ਇਸੇ ਚੈਪਟਰ ਦੇ ਸਹੀ ਗਲਤ ਦੇਖੋ ਪਹਿਲਾ ਕੀ ਹੈ ਸਰੀਰ ਨੂੰ ਕਾਰਬੋਹਾਈਡਰੇਟਸ ਨਾਲੋਂ ਜ਼ਿਆਦਾ ਊਰਜਾ ਚਰਬੀ ਤੋਂ ਮਿਲਦੀ ਹੈ ਸਹੀ ਸਾਨੂੰ ਭੋਜਨ ਚਬਾ ਕੇ ਹੌਲੀ ਹੌਲੀ ਖਾਣਾ ਚਾਹੀਦਾ ਹੈ ਸਹੀ ਆਣ ਪਚਿਆ ਭੋਜਨ ਮਲ ਦੁਆਰਾ ਸਰਾਹੀ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ ਸਹੀ ਸਾਨੂੰ ਹਰ ਰੋਜ਼ 8-10 ਗਲਾਸ ਪਾਣੀ ਪੀਣਾ ਚਾਹੀਦਾ ਹੈ ਸਹੀ ਮੂੰਹ ਵਿੱਚ ਲੀ लार ਭੋਜਨ ਨੂੰ ਸਖਤ ਕਰ ਦਿੰਦੀ ਹੈ ਗਲਤ ਉਹ ਤਾਂ ਬੱਤੋ ਉਹਨੂੰ ਕੀ ਕਰਦੀ ਹੈ ਨਰਮ ਕਰਦੀ ਹੈ ਇਸ ਲਈ ਤਾਂ ਅਸੀਂ ਬਾਅਦ ਤੋਂ ਬਾਅਦ ਚਬਾ ਕੇ ਖਾਂਦੇ ਆ ਨਾ ਰੋਟੀ ਓਕੇ ਥੈਂਕ ਯੂ